ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ, ਪੁਆਇੰਟਲੈਸ ਚੈਂਟਿੰਗ। ਰਾਮ ਰਾਮ ਕਰ ਕਰਕੇ, ਵਾਹਿਗੁਰੂ ਵਾਹਿਗੁਰੂ ਕਰ ਕਰਕੇ, ਮਾਲਾ ਫੇਰ ਫੇਰ ਕੇ, ਤਸਬੀਹ ਫੇਰ ਫੇਰ ਕੇ, ਯੂ ਕੀਪ ਗੋਇੰਗ ਵਿਦ ਦੈਟ ਰੋਜ਼ਮਰੀ, ਈਚ ਬੀਡ ਐਸ ਦੈਟ ਮਾਲਾ ਕੀਪਸ ਕਾਊਂਟਿੰਗ ਹਾਊ ਮੈਨੀ ਟਾਈਮਸ ਯੂ ਆਰ ਰਿਪੀਟਿੰਗ ਗੋਡਸ ਨੇਮ। ਬਟ ਵਾਟਸ ਦ ਪੁਆਇੰਟ ਇਫ ਯੂ ਕਾਂਟ ਸੀ ਗੋਡ ਇਨ ਅਦਰਸ? ਜੇ ਤੂੰ ਲੋਕਾਂ 'ਚ ਨਹੀਂ ਰੱਬ ਵੇਖ ਸਕਦਾ। ਇਹ ਕਿਸੇ ਨੇ ਬਹੁਤ ਬਿਊਟੀਫੁਲੀ ਲਿਖਿਆ ਹੋਇਆ ਆ, ਬਹੁਤ ਪਿਆਰੀਆਂ ਲਾਈਨਾਂ ਨੇ ਕਿ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ, ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਹੀਂ ਸੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ। ਨਾ ਕਿਸੇ ਭੁੱਖੇ ਨੂੰ ਰਜਾਇਆ, ਨਾ ਕਿਸੇ ਰੋਂਦੇ ਨੂੰ ਹਸਾਇਆ, ਉਹੀ ਬਸ ਰਾਮ ਰਾਮ ਕਰਦਾ ਰਿਹਾ, ਅੱਲਾ ਅੱਲਾ ਕਰਦਾ ਰਿਹਾ, ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ, ਕੀ ਰੱਬ ਪਾ ਲਿਆ? ਇਫ ਯੂ ਕਾਂਟ ਸੀ ਗੋਡ ਵਿਦ ਇਨ ਐਵਰੀਬਡੀ, ਇਫ ਯੂ ਕਾਂਟ ਸੀ ਦੈਟ ਯੂਨੀਵਰਸਲ ਐਨਰਜੀ ਵਿਦ ਇਨ ਐਵਰੀਬਡੀ, ਦੈਨ ਹੂ ਆਰ ਵੀ ਟ੍ਰਾਇੰਗ ਟੂ ਪਲੀਜ਼? ਗੋਡ ਇਜ਼ ਵਿਦ ਇਨ ਐਵਰੀਵਨ, ਘਟਾਂ ਘਟਾਂ ਵਿੱਚ ਉਹ ਵਸਣ ਵਾਲਾ। ਜੇ ਆਪਾਂ ਇਹੀ ਗੱਲ ਸਮਝ ਲਈਏ ਕਿ ਚੰਗੇ ਗੁਣ ਲੋਕਾਂ 'ਚ ਵੇਖੋ, ਆਪਣੇ ਆਪ 'ਚ ਵੀ ਚੰਗੇ ਆਈ ਲੈ ਕੇ ਆਈਏ, ਤਾਂ ਲੋਕਾਂ 'ਚ ਵੀ ਚੰਗਾ ਵੇਖੀਏ। ਯੂ ਬ੍ਰਿੰਗ ਗੁੱਡ ਕੁਆਲਿਟੀਜ਼ ਇਨ ਟੂ ਯੋਰ ਲਾਈਫ ਐਂਡ ਯੂ ਲੁੱਕ ਐਟ ਦੋਜ਼ ਗੁੱਡ ਕੁਆਲਿਟੀਜ਼ ਇਨ ਅਦਰ ਪੀਪਲ। ਅਦਰਵਾਈਜ਼ ਗੁਰਬਾਣੀ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਆ, ਬੜੀ ਦੁਨੀਆ ਮਾਲੇ ਫੇਰ ਫੇਰ ਕੇ ਚਲ ਗਈ, ਬੜੇ ਲੋਕ ਰੱਬ ਰੱਬ ਕਰ ਕਰਕੇ ਚਲ ਗਏ, ਪਰ ਕਿਸੇ ਨੇ ਰੱਬ ਨੂੰ ਪਾਇਆ ਨਹੀਂ। ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਕਿਉਂਕਿ ਪਾਉਣਾ ਹੁੰਦਾ ਇਹ ਹੁੰਦਾ ਕਿ ਸਮਾਜ ਵਿੱਚ ਆਪਾਂ ਕਿਸੇ ਵੱਲ ਵੇਖੀਏ ਤਾਂ ਇਹ ਸੋਚੀਏ, ਜਿਵੇਂ ਮੈਂ ਰੱਬ ਦੀ ਸੇਵਾ ਕਰਾਂ, ਇਸੀ ਤਰ੍ਹਾਂ ਮੈਂ ਬੰਦੇ ਦੀ ਸੇਵਾ ਕਰਾਂ, ਮੈਂ ਲੋਕਾਂ ਦੀ ਸੇਵਾ ਕਰਾਂ, ਮੈਂ ਰੁੱਖਾਂ ਦੀ ਮਨੁੱਖਾਂ ਦੀ ਸੇਵਾ ਕਰਾਂ। ਮੈਨੂੰ ਸਭ ਦੇ ਵਿੱਚ ਸਭ ਗੋਬਿੰਦ ਹੈ ਕੋਨਸੈਪਟ ਲੱਗੇ ਕਿ ਸਾਰਿਆਂ ਦੇ ਵਿੱਚ ਉਹ ਐਨਰਜੀ ਪਰਮਾਤਮਾ ਵਸਿਆ ਹੋਇਆ। ਪਰ ਯਾਦ ਰੱਖੋ ਪਿਆਰਿਓ, ਸਾਡਾ ਹਾਲ ਕੀ ਹੋ ਗਿਆ? ਆਪਾਂ ਰੋਂਦੇ ਨੂੰ ਕੀ ਹਸਾਉਣਾ, ਆਪਾਂ ਰੋਂਦੇ ਵੱਲ ਵੇਖ ਕੇ ਹੱਸਦੇ ਹਾਂ। ਵੀ ਡੋਂਟ ਵਾਂਟ ਸਮਵਨ ਕ੍ਰਾਈਂਗ ਟੂ ਲੈਫ, ਵੀ ਲੈਫ ਐਟ ਦੈਟ ਪਰਸਨ ਦੈਟ ਇਜ਼ ਕ੍ਰਾਈਂਗ। ਵੀ ਵਾਂਟ ਬੈਡ ਟੂ ਹੈਪਨ ਟੂ ਅਦਰ ਪੀਪਲ, ਵੀ ਵਾਂਟ ਟੂ ਥਰੋ ਪੀਪਲ ਡਾਊਨ ਇਨ ਦ ਮਡ। ਆਪਾਂ ਇੱਦਾਂ ਦੇ ਹੋ ਗਏ ਹਾਂ ਕਿ ਡਿਗੇ ਨੂੰ ਕੀ ਚੱਕਣਾ, ਆਪਾਂ ਤਾਂ ਜਿਹੜੇ ਉੱਤੇ ਸਕਸੈਸਫੁਲ ਆ ਉਹਨਾਂ ਨੂੰ ਥੱਲੇ ਸੁੱਟਦੇ ਫਿਰਦੇ ਹਾਂ। ਤਾਂ ਯਾਦ ਰੱਖਿਓ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ, ਬਹੁਤ ਰਾਮ ਰਾਮ ਕਰ ਲਿਆ, ਬਹੁਤ ਅੱਲਾ ਅੱਲਾ ਕਰ ਲਿਆ, ਬਹੁਤ ਵਾਹਿਗੁਰੂ ਵਾਹਿਗੁਰੂ ਕਰ ਲਿਆ, ਕੋਈ ਬੰਦਗੀ ਨਹੀਂ ਜੇ ਤੇਰੀ ਜ਼ਿੰਦਗੀ 'ਚ ਗੁਣ ਨਾ ਆਏ। ਇਫ ਕੁਆਲਿਟੀਜ਼ ਡੋਂਟ ਕਮ ਇਨ ਟੂ ਯੋਰ ਲਾਈਫ, ਦੈਨ ਇਜ਼ ਪੁਆਇੰਟਲੈਸ ਚੈਂਟਿੰਗ। ਯੂ ਕੈਨ ਸੇਈ ਵਾਹਿਗੁਰੂ ਵਾਹਿਗੁਰੂ, ਯੂ ਕੈਨ ਸੇਈ ਰਾਮ ਰਾਮ, ਯੂ ਕੈਨ ਸੇਈ ਅੱਲਾ ਅੱਲਾ, ਯੂ ਕੈਨ ਸੇਈ ਗੋਡ ਆਊ ਮਾਈਟੀ ਗੋਡ ਆਊ ਮਾਈਟੀ, ਬਟ ਰਿਮੈਂਬਰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਜੇ ਗੁਣ ਨਾ ਆਏ ਕੋਈ ਭਗਤੀ ਨਹੀਂ ਹੋਈ ਤੇਰੀ। ਭਾਵਾਂ ਤੂੰ ਕਹਿ ਕੇ ਮੈਂ ਇੰਨੀ ਵਾਰ ਮਾਲਾ ਫੇਰਦਾ, ਇੰਨੀ ਵਾਰ ਤਸਬੀਹ ਫੇਰਦਾ, ਪਰ ਗੁਰਬਾਣੀ ਦੀਆਂ ਪੰਗਤੀਆਂ ਯਾਦ ਰੱਖੀ, ਵਿਨ ਗੁਣ ਕੀਤੇ ਭਗਤ ਨਾ ਹੋਏ। ਯੂ ਆਰ ਨੋਟ ਅ ਟਰੂ ਡਿਵੋਟੀ ਇਨਟਿਲ ਯੂ ਡੋਂਟ ਬ੍ਰਿੰਗ ਗੁੱਡ ਕੁਆਲਿਟੀਜ਼ ਇਨ ਟੂ ਯੋਰ ਲਾਈਫ। ਸਤ, ਸੰਤੋਖ, ਧਰਮ, ਧੀਰਜ, ਇਹ ਜ਼ਿੰਦਗੀ 'ਚ ਕੁਆਲਿਟੀਜ਼ ਆਨ, ਬ੍ਰਿੰਗ ਦੀਸ ਕੁਆਲਿਟੀਜ਼ ਇਨ ਟੂ ਯੋਰ ਲਾਈਫ। ਕੰਪੈਸ਼ਨ, ਹਿਊਮਿਲਿਟੀ, ਹੰਬਲਨੈਸ, impassion, just bring that into your life, that you want to help people, you want to help yourself to help others as well in society. When you see God within yourself, that capability within yourself, that universal energy within yourself, the day you become a human being, then you can see others as human beings. Jis din tu aap khud banda banega, bande wale gun tere vich aunge, ਤਾਂ ਤੂੰ ਕਿਸੇ ਨੂੰ ਬੰਦੇ ਵਰਗਾ ਵੇਖ ਸਕਦਾ, ਬੰਦਾ ਵੇਖ ਸਕਦਾ। ਨਹੀਂ ਤਾਂ ਯਾਦ ਰੱਖਿਓ, ਬਾਹਰੋਂ ਬੰਦੇ ਲੱਗਦੇ ਆ, ਅੰਦਰੋਂ ਸਾਡੀਆਂ ਕਰਤੂਤਾਂ ਪਸ਼ੂਆਂ ਵਰਗੀਆਂ ਆ। ਜਦੋਂ ਆਪਾਂ ਕਿਸੇ ਹੱਸਦੇ ਨੂੰ ਆਪਾਂ ਚਾਹੁੰਦੇ ਹਾਂ ਰਵਾਈਏ, ਕਿਸੇ ਡਿਗੇ ਨੂੰ ਆਪਾਂ ਹੋਰ ਉਹਦੇ ਵੱਲ ਵੇਖ ਵੇਖ ਕੇ ਤਮਾਸ਼ਾ ਕਰੀਏ, ਹੱਸੀਏ, ਤਾਂ ਉਸ ਵੇਲੇ ਆਪਾਂ ਬੰਦੇ ਨਹੀਂ, ਬਾਹਰੋਂ ਜ਼ਰੂਰ ਬੰਦੇ ਲੱਗਦੇ ਹਾਂ, ਪਰ ਆਪਾਂ ਪਸ਼ੂ ਆ, ਪਸ਼ੂ। ਵੀਵ ਟਰਨਡ ਇਨ ਟੂ ਐਨੀਮਲਸ, ਵੀ ਲੁੱਕ ਲਾਈਕ ਅ ਹਿਊਮਨ ਫਰੋਮ ਦੀ ਆਊਟਸਾਈਡ, ਬਟ ਵੀਵ ਟਰਨਡ ਇਨ ਟੂ ਅ ਐਨੀਮਲ। ਦ ਵੇਈ ਗੁਰਬਾਣੀ ਟੀਚਿਸ ਅਸ, ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰੋਂ ਬੰਦਾ ਲੱਗਦਾ ਪਰ ਕਰਤੂਤਾਂ ਕੰਮ ਤੇਰੇ ਪਸ਼ੂਆਂ ਵਰਗੇ ਆ। ਸੋ ਇਸ ਕਰਕੇ ਕਦੀ ਕਿਸੇ ਰੋਂਦੇ ਨੂੰ ਹਸਾਇਆ ਹੀ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਖਾਂ, ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਹੀਂ ਸੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ।
pointless chanting if you can't see that universal energy within all. If you can't see that oneness, then it's like repeating God's name par Ram na paya jai, you haven't obtained that ramya hoya, that oneness that is within us all. Thank you for listening to today's clip. Let's motivate ourselves to change ourselves in a better way. Change ourselves in our better, to better ourselves, not comparing ourselves to others, but change yourself within yourself to become a human being. So once you find God within you, meaning good qualities within you, only then you can see good qualities in others. Yaad rakho pyareo ki jehda banda aap sukhi hove, khush hove, ohi kise nu khush vekh sakda. Jehda aap dukhi hove, oh kise nu khush dekh nahi sakda, sama ke oh chahega oh vi dukhi rave. So always remember, gun leke aaiye godly qualities, virtues into your life. Nahi tan bas zindagi lang jandi aa, bande nu eh lagda apne hankar nu patthe pa reha ke main inne paath kar le, inne jaap kar le, inni mala pher li. ਪਰ ਜੇ ਕਿਸੇ ਰੋਂਦੇ ਨੂੰ ਹਸਾਇਆ ਨਹੀਂ, ਜੇ ਕਿਸੇ ਭੁੱਖੇ ਨੂੰ ਰਜਾਇਆ ਨਹੀਂ, ਜੇ ਕੋਈ ਪਾਟਾ ਜ਼ਖਮ ਤੂੰ ਕਦੇ ਸੀਤਾ ਨਹੀਂ, ਤੂੰ ਕਿਸੇ ਦੀ ਹੈਲਪ ਨਹੀਂ ਕੀਤੀ, ਕਿਸੇ ਦੀ ਮਦਦ ਨਹੀਂ ਕੀਤੀ, ਕਿਸੇ ਵਾਸਤੇ ਖੜਿਆ ਨਹੀਂ, ਕਿਸੇ ਦੀ ਦੁੱਖ ਵੇਲੇ ਬਾਹ ਨਹੀਂ ਫੜੀ, ਕਿਸੇ ਦੇ ਨਾਲ ਦੁੱਖ ਨਹੀਂ ਹੰਢਾਇਆ, ਫਿਰ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ. ਯੈਸ, ਪੀਪਲ ਸੇ ਇਫ ਯੂ ਕਾਂਟ ਸੀ ਗੋਡ ਇਨ ਆਲ, you can't see God at all, but I always say you need to see God within yourself, and that means the capability. You need to look at those good qualities within yourself, and only then you will be able to see that goodness within everybody, meaning God within everybody, that universal energy within everybody, that capability within everybody. Thank you for listening to today's clip. Aaj da clip je vadhiya laga, ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ. ਹਰੇਕ ਟਿਊਜ਼ਡੇ, ਥਰਸਡੇਜ਼ ਐਂਡ ਸੈਟਰਡੇਜ਼ ਯੂਕੇ ਟਾਈਮ 12 ਵਜੇ ਦੁਪਹਿਰ ਨੂੰ ਨਵਾਂ ਨਵਾਂ ਕਲਿੱਪ ਮੋਟੀਵੇਸ਼ਨ ਵਾਸਤੇ, ਸੈਲਫ ਡਿਵੈਲਪਮੈਂਟ ਵਾਸਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪ ਤੱਕ ਪਹੁੰਚਾਇਆ ਜਾਵੇ. ਜੇ ਵਧੀਆ ਲੱਗਦਾ ਤਾਂ ਜ਼ਰੂਰ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ, ਆਪਣੇ ਨਿਰਵੈਰ ਖਾਲਸਾ ਜਥਾ ਯੂਕੇ ਇੰਸਟਾਗ੍ਰਾਮ, ਫੇਸਬੁੱਕ, ਟਿਕਟੋਕ ਐਂਡ ਯੂਟਿਊਬ 'ਤੇ ਜ਼ਰੂਰ ਸਬਸਕ੍ਰਾਈਬ ਤਾਂ ਲਾਈਕ ਕਰਿਓ. Please stay tuned with us. If you find these clips motivational and inspiring, every Tuesdays, Thursdays and Saturdays, keep a watch out on our social media platforms, 12 PM UK time. Aap ji da dhanwad, thank you. Kadi kise bhukhe nu rajaya ite dass khan, kadi kise ronde nu hasaya ite dass khan, patta hoya zakhm je kade vi nahi sita, aime mala pheri tu te kakh vi nahi kita, pointless chanting if you can't help anyone in life. Dhanyawad.